ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਹਲਕੇ ਮਜੀਠਾ ਵਿਖੇ ਚੇਅਰਮੈਨ ਅਤੇ ਕੁਝ ਹੋਰ ਲੋਕਾਂ ਦੀਆਂ ਨਿਯੁਕਤੀਆਂ ਕੀਤੀਆਂ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਕਰਮ ਮਜੀਠੀਆ ਨੇ ਅੰਮ੍ਰਿਤਸਰ ਰੇਲ ਹਾਦਸੇ ਤੇ ਬੋਲਦਿਆਂ ਕਿਹਾ ਕਿ ਅੰਮ੍ਰਿਤਸਰ ਰੇਲ ਹਾਦਸੇ ਨੂੰ ਲੈ ਕੇ ਸਰਕਾਰ ਦੇ ਨੁਮਾਇੰਦਿਆਂ ਨੇ ਲੋਕਾਂ ਨਾਲ ਭੱਦਾ ਮਜ਼ਾਕ ਕੀਤਾ ਹੈ ਤੇ ਲੋਕਾਂ ਨਾਲ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ। ਇਹ ਹਾਦਸਾ ਸਰਕਾਰ ਉਸ ਸਮੇਂ ਦੇ ਮੰਤਰੀ ਦੇ ਪਰਿਵਾਰ ਅਤੇ ਕਾਂਗਰਸੀ ਕੌਂਸਲਰਾਂ ਦੀ ਅਣਗਹਿਲੀ ਕਾਰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨੂੰ ਆਪਣਾ ਮੌਨ ਵਰਤ ਤੋੜ ਕੇ ਰੇਲ ਹਾਦਸੇ ਦੇ ਪੀੜਤਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨਾ ਚਾਹੀਦਾ ਹੈ। ਪਹਿਲਾਂ ਤਾਂ ਇਟ ਵਾਜ਼ ਅ ਵੈਰੀ ਅਨਫੋਰਚੂਨੇਟ ਇੰਸੀਡੈਂਟ ਹੋਇਆ, ਬੜਾ ਦੁਖਦਾਈ ਹਾਦਸਾ ਵਾਪਰਿਆ ਔਰ ਸਰਕਾਰ ਦੀ ਅਣਗਹਿਲੀ ਕਰਕੇ ਵਾਪਰਿਆ, ਇੱਕ ਮਿਨਿਸਟਰ ਦੀ ਪਰਸਨਲ ਫੈਮਿਲੀ ਦੀ ਅਣਗਹਿਲੀ ਕਰਕੇ, ਕੁਛ ਕਾਉਂਸਲਰ ਕਾਂਗਰਸ ਦੀ ਅਣਗਹਿਲੀ ਕਰਕੇ ਹਾਦਸਾ ਵਾਪਰਿਆ। ਔਰ ਅਫਸੋਸ ਦੀ ਗੱਲ ਇਹ ਹੈ ਕਿ ਕਾਂਗਰਸ 'ਚ ਹਿਊਮਨ ਲਾਈਫ ਦੀ ਵੈਲਿਊ ਕੀ ਹੈ ਤੁਹਾਡੇ ਸਾਹਮਣੇ ਆ ਗਈ ਕਿ ਉਹਨਾਂ ਦਿਨਾਂ ਤਾਂ ਇਹ ਵੀ ਡਰਾਮਾ ਰਚਿਆ ਗਿਆ ਕਿ ਜੀ ਤੁਹਾਡਾ ਜੇ ਸਿਰ 'ਚ ਕੋਈ ਸੱਟ ਹੈ ਉਹਦਾ ਮੈਂ ਆਪ ਆਪਰੇਸ਼ਨ ਕਰਾਂਗੀ, ਆਪ ਸਟਿਚਿਸ ਲਾਵਾਂਗੀ। ਉਹ ਬਹੁਤ ਲੋਕਾਂ ਨੇ ਉਸ ਗੱਲ ਨੂੰ ਬੜਾ ਸਮਝਿਆ ਕਿ ਸ਼ਾਇਦ ਸਾਡੇ ਨਾਲ ਬੜੀ ਵੱਡੀ ਹਮਦਰਦੀ ਉਹ ਐਮ ਐਲ ਏ ਸਾਹਿਬਾ ਐਕਸ ਐਮ ਐਲ ਏ ਸਾਹਿਬਾ ਕਰ ਰਹੀ ਹੈ। ਲੋਕਾਂ ਨੇ ਉਸ ਗੱਲ ਨੂੰ ਚੰਗਾ ਸਮਝਿਆ, ਮਗਰ ਉਹ ਕਿੰਨਾ ਕੁ ਫਰੌਡ ਸੀ ਤੁਹਾਡੇ ਸਾਹਮਣੇ ਵੇਖਣ ਨੂੰ ਮਿਲ ਗਿਆ ਕਿ ਕੇਵਲ ਤੇ ਕੇਵਲ ਜਿਹੜੀ ਮੀਡੀਆ ਦੀ ਜਾਂ ਲੋਕਾਂ ਦੀ ਜਿਹੜੀ ਅੱਖ ਸੀ ਮਾੜੀ ਜੀ ਪਾਸੇ ਹੋਈ ਨੀ ਕਿ ਸਾਹਮਣੇ ਤੁਹਾਡੇ ਸਾਹਮਣੇ ਉਹਨਾਂ ਦੀ ਸੋਚ ਆ ਗਈ। ਜਦੋਂ ਸਾਲ ਸਵਾ ਸਾਲ ਬੀਤ ਗਿਆ ਜੀ, ਸਿੱਧੂ ਸਾਹਿਬ ਦੇ ਉਹ ਘਰ ਵੀ ਗਏ, ਉਹਨਾਂ ਦਾ ਹਲਕਾ ਹੈ, ਉਹਨਾਂ ਨੂੰ ਦਰਵਾਜ਼ਾ ਤੱਕ ਨਹੀਂ ਉਹਨਾਂ ਲਈ ਖੋਲਿਆ ਗਿਆ ਉਹਨਾਂ ਪੀੜਤਾਂ ਲਈ। 70 ਦੇ ਨੇੜੇ ਤੇ ਇਹਦੇ ਡੈਥਸ ਹੋ ਗਈਆਂ ਨੇ, ਕੋਈ ਪਰਮਾਨੈਂਟਲੀ ਡਿਸੇਬਲ ਹੋ ਗਏ ਆ, 100 ਤੋਂ ਵੱਧ ਸ਼ਿਕਾਰ ਨੇ ਉਸ ਦੇ, ਕਿਸੇ ਨੇ ਆਪਦੇ ਬਜ਼ੁਰਗ ਨੂੰ ਗਵਾ ਲਿਆ, ਕਿਸੇ ਨੇ ਮਾਂ ਗਵਾ ਲਈ, ਕਿਸੇ ਨੇ ਦੋਵੇਂ ਜੀ ਗਵਾ ਲਏ, ਕਿਸੇ ਨੇ ਭੈਣ ਗਵਾ ਲਈ, ਕਿਸੇ ਨੇ ਭਰਾ ਗਵਾ ਲਿਆ, ਮਗਰ ਦਰਦ ਸਰਕਾਰ ਨੂੰ ਹਲੇ ਤੱਕ ਨਹੀਂ ਮਹਿਸੂਸ ਹੋ ਰਿਹਾ। ਜਾ ਕੇ ਇਕੱਲਾ ਇਹ ਨਹੀਂ ਝੂਠ ਪਹਿਲਾਂ ਨਹੀਂ ਬੋਲਿਆ, ਇਹ ਵੀ ਕਿਹਾ ਸੀ ਕਿ ਜਿਹੜੇ ਬੱਚੇ ਯਤੀਮ ਹੋ ਗਏ ਅਸੀਂ ਪੜ੍ਹਾਵਾਂਗੇ, ਉਹ ਵੀ ਤੁਹਾਡੇ ਸਾਹਮਣੇ ਰੋਂਦੇ ਆ ਕਿ ਸਾਨੂੰ ਕੌਣ ਪੜ੍ਹਾਓ, ਕੋਈ ਨਹੀਂ ਪੜ੍ਹਾ ਰਿਹਾ। ਹਾਲਾਤ ਜੀ ਦਾ ਕਹਿੰਦੇ ਪੱਕਾ ਅਸੀਂ ਕਰਦੇ ਰਵਾਂਗੇ ਜਦ ਤੱਕ ਉਹ ਤੰਦਰੁਸਤ ਨਹੀਂ ਹੋ ਜਾਂਦੇ, ਉਹ ਵੀ ਤੁਹਾਡੇ ਸਾਹਮਣੇ। ਕਈਆਂ ਨੂੰ ਅੱਜ ਤੱਕ ਉਹ ਗ੍ਰਾਂਟ ਨਹੀਂ ਮਿਲੀ ਜਿਹੜੀ ਮਦਦ ਦੇ ਤੌਰ ਤੇ ਸਰਕਾਰ ਨੇ ਦੇਣ ਦਾ ਮਨ ਬਣਾਇਆ ਸੀ, ਔਰ ਵੱਡਾ ਵਾਅਦਾ ਕੀਤਾ ਸੀ ਕਿ ਨੌਕਰੀ ਮਿਲੂਗੀ ਹਰ ਜੀ ਨੂੰ। ਅੱਜ ਤੁਹਾਡੇ ਸਾਹਮਣੇ ਹੈ ਕਿ ਇੱਕ ਜੀ ਨੂੰ ਵੀ ਨੌਕਰੀ ਨਹੀਂ ਮਿਲੀ। ਔਰ ਵੱਡੀ ਗੱਲ, ਇਨਕੁਆਇਰੀ ਮਾਰ ਕੋਈ, ਦੇਖੋ ਮੈਂ ਜਿਹੜੀ ਕਵਰ ਅਪ, ਜਿਹੜਾ ਅਫਸਰ ਸਹੀ ਇਨਕੁਆਇਰੀ ਕਰੇ ਉਹ ਤਾਂ ਹੁੰਦਾ ਸਸਪੈਂਡ ਬਲਵਿੰਦਰ ਸੇਖੋਂ ਵਰਗਾ, ਜਿਹੜਾ ਕਰੇ ਸਰਕਾਰ ਦੇ ਮਤਲਬ ਦੀ ਇਨਕੁਆਇਰੀ। ਜਿਸ ਦਿਨ ਅਸੀਂ ਕਮਿਸ਼ਨਰ ਸਾਹਿਬ ਕੋਲ ਗਏ ਸੀ ਅਸੀਂ ਰਿਜੈਕਟ ਕੀਤੀ ਇਸ ਇਨਕੁਆਇਰੀ, ਕਿਉਂ ਕੀਤਾ? ਕਿਉਂਕਿ ਇਹਦਾ ਰਿਜ਼ਲਟ ਜ਼ੀਰੋ ਰਹੂਗਾ ਔਰ ਉਹੀ ਤੁਹਾਡੇ ਸਾਹਮਣੇ। ਅੱਜ ਤੱਕ ਕੋਈ ਗਿਲਟੀ ਪਾਇਆ? 70 ਡੈਥਸ, ਨੋ ਬਡੀ ਗਿਲਟੀ। ਬਟਾਲੇ 'ਚ 24 ਡੈਥਸ, ਨੋ ਗਿਲਟੀ। ਅਤੇ ਇਹ ਤਾਂ ਹਿਊਮਨ ਵੈਲਿਊ ਰਹਿ ਗਈ, ਹਿਊਮਨ ਲਾਈਫ ਦੀ ਵੈਲਿਊ ਰਹਿ ਗਈ ਸਾਹਮਣੇ ਆ ਜੀ। ਦੇਖੋ ਮੈਂ ਉਹਨਾਂ ਬਾਰੇ ਕੋਈ ਪਰਸਨਲ ਗੱਲ ਕਿਸੇ ਬਾਰੇ ਨਹੀਂ ਕਰ ਸਕਦਾ, ਮੈਂ ਤਾਂ ਇਹੀ ਕਹੂੰਗਾ ਕਿ ਉੱਥੇ ਇੱਕ ਵਜ਼ੀਰ ਨਹੀਂ ਜੀ, 10 ਵਜ਼ੀਰ ਗਏ ਸੀ ਔਰ ਜਿਨ੍ਹਾਂ ਦਾ ਹਲਕਾ ਸੀ ਉਹ ਆਪ ਉੱਥੋਂ ਵਜ਼ੀਰ ਸਨ, ਔਰ ਉਹਨਾਂ ਨੇ ਕਿਹਾ ਸੀ ਮੈਂ ਆਪਦੀ ਜੇਬ 'ਚੋਂ ਕਰਾਂਗਾ। ਪਤਾ ਨਹੀਂ ਜੇਬ 'ਚ ਕਿੱਥੇ ਮੋਰੀ ਪੈ ਗਈ। ਫਰੌਡ ਹੈ ਜੀ, ਜੋਬ ਫੇਅਰ 'ਚ ਜਿਹੜੇ ਵਿਚਾਰੇ ਪਹਿਲਾਂ ਗਏ ਆ ਉਹਨਾਂ ਨੂੰ ਨੌਕਰੀ ਨਹੀਂ ਮਿਲੀ, ਜਿਹੜਾ ਜਾਂਦਾ ਉੱਥੇ ਉਹਨੂੰ ਕਹਿੰਦੇ ਜੀ ਤੂੰ ਫਲਾਣੇ ਦੀ ਹੱਟੀ ਲੱਗ ਜਾ, ਤੂੰ ਫਲਾਣੇ ਦੇ ਕੰਮ ਲੱਗ ਜਾ, ਮਤਲਬ ਜਲੀਲ ਕਰਦੇ ਆ ਜੀ। ਔਰ ਜੋਬ ਫੇਅਰ ਇੱਕ ਸਭ ਤੋਂ ਵੱਡਾ ਫਰੌਡ ਹੈ, ਕੇਵਲ ਤੇ ਕੇਵਲ ਸਾਲ ਉਹਨਾਂ ਨਾਲ ਫਰੌਡ ਹੁੰਦਾ ਹੈ। ਮੈਂ ਤਾਂ ਅੱਜ ਵੀ ਅਪੀਲ ਕਰਦਾ ਕਿ ਸਰਕਾਰ ਜਾਗੇ ਔਰ ਉਹਨਾਂ ਉਹ ਗਰੀਬ ਲੋਕ ਨੇ, ਮਿਹਨਤ ਮਜ਼ਦੂਰੀ ਵਾਲੇ ਲੋਕ ਨੇ, ਸਰਕਾਰ ਨੇ ਕਾਂਗਰਸ ਨੇ ਵਾਅਦਾ ਕੀਤਾ ਸੀ ਕੁਛ ਸਿੱਧੂ ਸਾਹਿਬ ਤਰਸ ਕਰਨ, ਜਿੱਥੇ ਮੌਨ ਵਰਤ ਤੇ ਗਏ ਹੋਏ ਆ ਉੱਥੋਂ ਮੁੜਨ ਤੇ ਵਾਅਦਾ ਪੂਰਾ ਕਰਨ, ਔਰ ਮੈਂ ਉਹਨਾਂ ਨਾਲ ਹਾਂ ਜੇ ਉਹ ਕਰਨਗੇ ਇਸ ਗੱਲ ਤੇ ਪੂਰਾ ਆਪਦਾ ਵਾਅਦਾ। ਕੋਈ ਚੰਗੀ ਗੱਲ ਵਾਅਦਾ ਤੋਂ ਭੱਜ ਜਾਣਾ, ਮੈਂ ਉਸ ਗੱਲ ਨੂੰ ਚੰਗਾ ਨਹੀਂ ਸਮਝਦਾ।